डेशपॉस्ट विद डॉक्टर नवदीप शर्मा ग्लोबली रेनाउंड आयुर्वेदिक हीलर जस पंजाबी दे सारे व्यूअर्स नु प्यार भरी साश्रिया काल जी डिप्रेशन इक ऐसा वर्ड है जेड़ा कि पूरी दुनिया दा हर मुल्क हर इंसान ओदे बारे जानू है कैन नु एइक वर्ड है लेकिन अपने आप च ए इकठ है बहुत सारी बीमारियां वसते न्योता है क्योंकि डिप्रेशन जदूं किसे नु हो जांदा वे ਛੋਟੇ ਰੋਗ ਵੀ ਉਹਨੂੰ ਵੱਡੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਡਿਪਰੈਸ਼ਨ ਹੈ ਕੀ ਹੈ ਦੇਖੋ ਅਗਰ ਆਪਾਂ ਐਲੋਪੈਥੀ ਦੇ हिसाब ਨਾਲ ਚਲੀਏ ਤੇ ਸੇਰੋਟੋਨਿਨ ਸੇਰੋਟੋਨਿਨ ਨੂੰ ਹਾਰਮੋਨ ਆਫ ਹੈਪੀਨੈਸ ਕਿਹਾ ਜਾਂਦਾ ਵੈ ਔਰ ਸੇਰੋਟੋਨਿਨ ਦਾ ਲੈਵਲ ਜਦੋਂ ਸਾਡੇ ਬਾਡੀ ਚ ਘਟ ਜਾਂਦਾ ਵੈ ਬ੍ਰੇਨ ਚ ਘਟ ਜਾਂਦਾ ਵੈ ਬੰਦਾ ਖੁਸ਼ ਰਹਿਣਾ ਬੰਦ ਕਰ ਦਿੰਦਾ ਵੈ ਚੀਜ਼ਾਂ ਚੋਂ ਨੈਗੇਟਿਵਿਟੀ ਕੱਢਣੀ ਸ਼ੁਰੂ ਕਰ ਦਿੰਦਾ ਵੈ ਬਹੁਤ ਗੰਭੀਰ ਰੂਪ ਧਾਰਨ ਕਰ ਲੈਂਦਾ ਜੀ ਡਿਪਰੈਸ਼ਨ ਕਿਉਂਕਿ ਡਿਪਰੈਸ਼ਨ ਹੀ ਜਨਕ ਹੈ ਬਹੁਤ ਸਾਰੀ ਬਿਮਾਰੀਆਂ ਦਾ ਜਿਸ ਤਰ੍ਹਾਂ ਕਿ ਆਬਸੈਸਿਵ ਕੰਪਲਸਿਵ ਡਿਸਆਰਡਰ ਬਾਈਪੋਲਰ ਡਿਸਆਰਡਰ ਐਸੇ ਬਹੁਤ ਸਾਰੇ ਗੰਭੀਰ ਮਾਨਸਿਕ ਰੋਗ ਨੇ ਜਿਨ੍ਹਾਂ ਦੀ ਸ਼ੁਰੂਆਤ ਡਿਪਰੈਸ਼ਨ ਤੋਂ ਹੀ ਹੁੰਦੀ ਹੈ ਸ਼ੁਰੂਆਤ ਤੋਂ ਹੀ ਅਗਰ ਡਿਪਰੈਸ਼ਨ ਦੇ ਥੋੜੇ ਵੀ ਲੱਛਣ ਲੱਗ ਰਹੇ ਨੇ ਆਪਾਂ ਉਹਨੂੰ ਘਰ ਚ ਹੀ ਠੀਕ ਕਰ ਸਕਦੇ ਹਾਂ ਤੁਲਸੀ ਤੁਲਸੀ ਦਾ ਪੌਦਾ ਜਿਹੜਾ ਕਿਸੇ ਸਮੇਂ ਤੇ ਹਰ ਆਂਗਨ ਦੀ ਸ਼ੋਭਾ ਹੋਇਆ ਕਰਦਾ ਸੀ ਸਭ ਤੋਂ ਵਧੀਆ ਡਿਪਰੈਸ਼ਨ ਦੂਰ ਕਰਨ ਵਾਲੀ ਚੀਜ਼ਾਂ 'ਚ ਤુલਸੀ ਹੈ। ਅਗਰ ਲੱਗ ਰਿਹਾ ਵੈ ਕਿ ਮਨ ਨੈਗੇਟਿਵ ਸੋਚ ਰਿਹਾ ਵੈ ਸਵੇਰੇ ਸ਼ਾਮੀ ਦੁੱਧ 'ਚ ਜਾਂ ਚਾਹ ਦੇ ਅੰਦਰ ਤુલਸੀ ਦੇ 5 ਤੋਂ 10 ਪੱਤੇ ਜਿਹੜੇ ਨੇ ਉਹ ਤੁਸੀਂ ਲੈਣੇ ਸ਼ੁਰੂ ਕਰ ਦਿਓ। ਦੂਸਰਾ ਜੀਰਾ ਆਪਾਂ ਅਕਸਰ ਜੀਰੇ ਬਾਰੇ ਜਾਣਦੇ ਹਾਂ ਕਿ ਜੀਰਾ ਡਾਈਜੈਸ਼ਨ 'ਚ ਮਦਦ ਕਰਦਾ ਵੈ ਲੇਕਿਨ ਭੁੰਨਿਆ ਹੋਇਆ ਜੀਰਾ ਡਿਪਰੈਸ਼ਨ ਨੂੰ ਵੀ ਦੂਰ ਪਹੁੰਚਾਉਂਦਾ ਵੈ। ਅਗਰ ਲੱਗ ਰਿਹਾ ਵੇ ਮਨ ਨੈਗੇਟਿਵ ਜਾ ਰਿਹਾ ਵੇ ਜ਼ਰੂਰੀ ਹੈ ਕਿ ਆਪਾਂ ਜੀਰਾ 2.5 ਗ੍ਰਾਮ ਦਿਨ ਚ ਤਿੰਨ ਵਾਰੀ ਖਾਣੇ ਤੋਂ ਬਾਅਦ ਪੁੰਨਿਆ ਹੋਇਆ ਸ਼ੁਰੂ ਕਰ ਲਈਏ ਇਹਦੇ ਨਾਲ ਨਾਲ ਕੁਝ ਜੜੀ ਬੂਟੀਆਂ ਵੀ ਨੇ ਜਿਨ੍ਹਾਂ ਦਾ ਨਾਮ ਆਪਾਂ ਜ਼ਰੂਰ ਸੁਨਿਆ ਹੋਏਗਾ ਬ੍ਰह्मी ਸ਼ੰਖ ਪੁਸ਼ਪੀ ਜਟਾਮਾਂਸੀ ਤਗਰ ਵਚਾ ਇੱਕ ਕਾਮਨ ਜੜੀ ਬੂਟੀਆਂ ਨੇ ਜਿਹੜੀਆਂ ਆਮ ਤੌਰ ਤੇ ਸਾਨੂੰ ਮਿਲ ਜਾਂਦੀਆਂ ਨੇ ਇਨਾ ਚੋ ਕੋਈ ਵੀ ਜੜੀ ਬੂਟੀ ਮਿਲ ਜਾਏ ਉਸ ਜੜੀ ਬੂਟੀ ਨੂੰ ਦੁੱਧ ਨਾਲ ਅਗਰ ਇਸਤੇਮਾਲ ਕੀਤਾ ਜਾਏ ਤੇ ਯਾਦਾ ਲਾਭ ਕਰਦੀ ਹੈ ਡਿਪਰੈਸ਼ਨ ਦੇ ਅੰਦਰ ਅਗਰ ਤੁਹਾਨੂੰ ਕੋਈ ਵੀ 네ਗੇਟਿਵ ਫੀਲਿੰਗਸ ਤੈਨ ਦੀਆਂ ਕਲਾਮਾਂ ਵੱਲ ਮੰਨ ਜਾਣਾ ਤੁਸੀਂ ਖੁਸ਼ ਨਹੀਂ ਰਹਿ ਪਾਰੇ ਨੀਂਦ ਅਗਰ ਪ੍ਰੋਪਰ ਨਹੀਂ ਆ ਪਾਰੀ ਮਦਦ ਤੁਹਾਡੇ ਬਿਲਕੁਲ ਨੇੜੇ ਹੈ ਸਾਡੇ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਆ ਰਹੇ ਨੇ ਇਹਨਾਂ ਨੰਬਰਸ ਦੇ ਉੱਪਰ WhatsApp ਦੇ ਰਹਹੀਂ ਯਾ ਜਿਹੜਾ ਸਾਡਾ ਯੂਐਸ ਕੈਨੇਡਾ ਵਾਸਤੇ ਟੋਲ ਫਰੀ ਨੰਬਰ ਹੈ ਉਹਦੇ ਰਾਹੀਂ 24 ਘੰਟੇ ਸੱਤੋਂ ਦਿਨ ਤੁਸੀਂ ਸਾਡੇ ਡਾਕਟਰਸ ਨੂੰ ਅਪਰੋਚ ਕਰ ਸਕਦੇ ਹੋ ਕੋਸ਼ਿਸ਼ ਇਹੀ ਰਹੇਗੀ ਸਿੰਪਲ ਲਾਈਫ ਸਟਾਈਲ ਚੇਂजेस ਦੇ ਥਰੂ ਔਰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਰਾਹੀਂ ਤੁਹਾਨੂੰ ਡਿਪਰੈਸ਼ਨ ਤੋਂ ਬਾਹਰ ਕੱਢ ਲਿਆ ਜਾ ਪਾਏ ਇੱਕ ਛੋਟੀ ਜੀ ਗੱਲ ਜਿਹੜੀ ਮੈਂ ਹਰ ਡਿਪਰੈਸ਼ਨ ਦੇ ਮਰੀਜ਼ ਨੂੰ ਕਹਿੰਨਾ ਵਾਂ ਡਿਪਰੈਸ਼ਨ ਦੀ ਦੂਰ ਕਰਨ ਦੀ ਸਭ ਤੋਂ ਪਹਿਲੀ ਸਹੀ ਸ਼ੁਰੂਆਤ ਹੈ ਰਾਤੀ ਜਲਦੀ ਸੋਣਾ ਤੇ ਦਿਨੇ ਜਲਦੀ ਉੱਠਣਾ ਜਿਹੜਾ ਅੰਮ੍ਰਿਤ ਵੇਲਾ ਵੈ ਬ੍ਰਹਮ ਮੂਰਤ ਹੈ ਉਹਦੇ ਚ ਅਗਰ ਆਪਾਂ ਜਾਗਦੇ ਹਾਂ ਸੈਰੋਟੋਨਿਨ ਸਾਡੀ ਬੋਡੀ ਚ ਯਾਦਾ ਪੈਦਾ ਹੁੰਦੀ ਹੈ ਤੇ ਆਪਾਂ ਡਿਪਰੈਸ਼ਨ ਨੂੰ ਦੂਰ ਭਗਾ ਸਕਦੇ ਹਾਂ ਸਸ਼ੇਕਾਲ ਜੀ ਜੁਆਇਨ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨਾਉਂਡ ਆਯੁਰਵੈਦਿਕ ਹੀਲਰ ਲਾਈਵ ਇਨ ਜਲਵੇ ਚੱਕੀ ਤੇ 8 ਜੂਨ 10:30 ਪੀਐਮ ਈਐਸਟੀ ਓਨਲੀ ਔਨ ਚੈਨਲ ਜਸ ਪੰਜਾਬੀ